السلام علیکم، میں ہاں محمد اسحاق، تسان دے پے ہو یوٹیوب چینل اسحاق بلوچ کرکٹ نیوز۔ دوستو دعا ہے جت پیر ہوئے ات خیر ہوئے، چنگا گزرے ڈیں تہاڈا تے خوشیاں بھری سویر ہوئے۔ این سونے رمضان شریف دے مہینے دے وچ اج ایک تو کوئی چنگی خبر دیوں چا، جڑے کہ دوست مدتیں تو سکدے ہن۔ ਇਹਦੇ ਵਿੱਚ ਕਾਫੀ ਦਿਨਾਂ ਤੋਂ ਕੋਸ਼ਿਸ਼ ਹੈ ਇਮਾਦ PSL ਤੋਂ ਬਾਅਦ ਇਮਾਦ ਵਸੀਮ ਅਤੇ ਮੁਹੰਮਦ ਆਮਿਰ ਕਮ ਬੈਕ ਕਰਨ ਦੀ, ਜਿਹੜੀ ਕਿ ਬਹੁਤ ਚੰਗੀ ਖਬਰ ਹੈ। ਇਹ ਗੜਧਾਲ ਵਾਲੇ ਦੌਰ ਦੇ ਵਿੱਚ ਇਹੋ ਤਾਂ ਕੰਮ ਚੰਗਾ ਥੀ ਗਏ। ਦੇਖੋ ਨਾ, ਇਮਾਦ ਵਸੀਮ ਅਤੇ ਮੁਹੰਮਦ ਆਮਿਰ ਇਹ ਮੈਚ ਵਿਨਰ ਪਲੇਅਰ ਹਨ ਸਾਰੇ ਪਾਕਿਸਤਾਨ ਦੇ ਵਿੱਚ, ਬਲਕਿ ਪੂਰੀ ਦੁਨੀਆ ਦੇ ਵਿੱਚ ਇਹਨਾਂ ਦੀ ਫੈਨ ਫਾਲੋਇੰਗ ਹੀ ਪਈ ਅਤੇ ਪਾਕਿਸਤਾਨ ਦੇ ਵਿੱਚ ਹੀ ਇਹ ਜਿਹੜੇ ਕ੍ਰਿਕਟ ਫੈਨ ਹਨ ਉਹਨਾਂ ਦੇ ਦਿਲ 'ਚ ਵੱਸਦੇ ਹਨ। ਪਹਿਲੇ ਜੈ ਵੀ ਇਹਨਾਂ ਕੋਲ ਬਾਹਰ ਕੱਢਿਆ, ਜਿਹੜਾ ਵੀ ਚੰਗਾ ਪਲੇਅਰ ਹੈ ਤਾਂ ਆਵਾਮ ਕੋ ਚੰਗਾ ਨਹੀਂ ਲੱਗਦਾ ਅਤੇ ਇਹ ਉਹ ਆਦਿਆਂ ਨੇ ਕਮ ਬੈਕ ਹੋਣ ਪਏ। ਜਿਨ੍ਹਾਂ ਵੀ ਇਹਨਾਂ ਦੀ ਮੁਖਾਲਫਤ ਕੀਤੀ ਹੈ, ਮੁਹੰਮਦ ਹਫੀਜ਼ ਹੈ, ਰਮੀਜ਼ ਰਾਜੇ, ਮਹਾਂਮਦ ਜਿਹੜੇ ਵੀ ਚੰਗੇ ਜਵਾਨ ਹਨ ਅਤੇ ਇਹ ਇਹਨਾਂ ਦੇ ਖਿਲਾਫ ਜਾਣ, ਇਹ ਉਹਨੇ ਵਾਪਸ ਨਾ ਘੇਰਾਉਣਾ ਚਾਹੁੰਦੇ ਨਾ, ਆਵਾਮ ਕੋ ਚੰਗੇ ਉਹੀ ਕਹਿਣ ਲੱਗਦੇ। ਲਿਹਾਜ਼ਾ ਹੁਣ ਇਹ ਮੋਹਸਨ ਨਕਵੀ ਇਹ ਫੈਸਲਾ ਕੀਤਾ ਉਹ ਹੈ ਕਿ ਇਹ ਜਿਹੜਾ ਨਾ ਇਹ ਵਾਪਸ ਆਵੇ। ਬਸ ਇਹ ਕਿਸਮਤ ਦੀ ਗੱਲ ਹੁੰਦੀ ਹੈ, ਉਤਾਰ ਚੜ੍ਹੋ ਰਹਿੰਦੇ ਪਿਆ ਵਕਤ ਵਕਤ ਦੀ ਗੱਲ ਹੁੰਦੀ ਹੈ। ਸਦਾ ਆਧਨੀ ਦਰਿਆ ਹੀ ਕੀ ਕੰਧੀ ਨਹੀਂ ਵਾਹਦੇ ਅਤੇ ਕੌਮ ਜਾਂ ਵੀ ਦੁਆਵਾਂ ਹਨ ਇਹ ਦੁਹਾਏ ਵਾਪਸ ਵੱਲਣ। ਉਹ ਹੁਣ ਅੱਲਾ ਖੈਰ ਕਰੇ ਵਾਪਸ ਆ ਗਏ, ਰਿਟਾਇਰਮੈਂਟ ਉਹਨਾਂ ਵਾਪਸ ਗਿਣ ਗਿਧੀ ਹੈ। ਉਹ ਹੁਣ ਸਾਗੂ ਵਰਲਡ ਕੱਪ ਜਿਹੜਾ 2024 ਉਹਦੇ ਵਿੱਚ ਜਿਹੜੇ ਨਾ ਚੈਂਪੀਅਨ ਟਰਾਫੀ ਦੇ ਵਿੱਚ ਸਾਗੂ ਉਹ ਡਿਸਣ। ਇਹ ਬਹੁਤ ਅੱਛੀ ਖਬਰ ਹੈ, ਮੈਂ ਕਿ ਦੋਸਤਾਂ ਦੇ ਨਾਲ ਸ਼ੇਅਰ ਕਰੂੰ ਚਾਹ ਅਤੇ ਅੱਲਾ ਤੋਂ ਖੁਸ਼ ਰੱਖੇ। ਵੀ ਹੈ ਛੋਟੀ ਜਿਹੀ ਖਬਰ ਦਿੱਤੀ ਵਈਆਂ, IPL ਦੇ ਮੈਚ ਜਿਹੜੇ ਥੀਂਦੇ ਪੈਣ ਉਹਦੇ ਵਿੱਚ ਰਾਤ ਜਿਹੜੇ ਨਾ, ਬਲਕਿ ਰਾਤ ਤੋਂ ਪਰਲੀ ਰਾਤ ਮੈਂ ਵੀਡੀਓ ਕਹਿਣੀ ਚਾੜੀ, ਕੋਲਕਾਤਾ ਕੁੱਟ ਦਿੱਤਾ ਹਾਈ, 4 ਸਕੋਰਾਂ ਤੋਂ ਕੋਲਕਾਤਾ ਜਿੱਤ ਗਈ। ਅੱਛਾ, ਉਹ ਤੋਂ ਬਾਅਦ ਵਾਲਾ ਰਾਤ ਜਿਹੜੇ ਆਪਣਾ ਸ਼ੁਭਮਾਨ ਗਿੱਲ ਦੀ ਜਿਹੜੀ ਟੀਮ ਹੈ ਨਾ ਗੁਜਰਾਤ, ਉਹ ਜਿੱਤ ਗਈ ਦੇ ਮੁੰਬਈ ਇੰਡੀਅਨ ਕੋਲੋਂ 9-8, 9 ਸਕੋਰਾਂ ਤੋਂ, ਅਤੇ ਉਹ ਵੀ ਧੂੰਆਂਧਾਰ ਹਿਸਾਬ ਨਾਲ ਵਹਿੰਦੇ ਪੈਣ। ਅਤੇ ਅੱਲਾ ਖੈਰ ਕਰੇ ਸੀ, ਜਿਵੇਂ ਜਿਵੇਂ ਵੀ ਖਬਰ ਹੋ ਸੀ ਕੋਈ ਨਵੀਂ ਖਬਰ ਦੋਸਤ ਬਿਰਾਵਾਂ ਨਾਲ ਸ਼ੇਅਰ ਕਰਦੇ ਰਹਾਂ। ਅਤੇ ਅੱਲਾ ਤੁਹਾਨੂੰ ਆਪਣੀ ਹਿਫਸ ਅਮਾਨ 'ਚ ਰੱਖੇ, ਜਿੱਤ ਰਹੋ, ਖੁਸ਼ ਰਹੋ। ਅੱਲਾ ਸੋਹਣੇ ਦੇ ਹਵਾਲੇ, ਪਾਕਿਸਤਾਨ ਜ਼ਿੰਦਾਬਾਦ।